ਗੱਲ ਉਸ ਠੱਗ ਬਿਊਟੀ ਕੁਈਨ ਦੀ ਕਰਦੇ ਹਾਂ ਜਿਸ 'ਤੇ ਇਹ ਇਲਜ਼ਾਮ ਲੱਗੇ ਨੇ ਕਿ ਉਹ ਆਪਣੇ ਪਤੀ ਅਤੇ ਆਪਣੇ ਪੁੱਤ ਦੇ ਨਾਲ ਮਿਲ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਸੀ, ਉਹਨਾਂ ਦੇ ਨਾਲ ਠੱਗੀ ਮਾਰਦੀ ਸੀ। ਇਹ ਬਿਊਟੀ ਕੁਈਨ ਕਦੇ ਮਿਸਿਸ ਚੰਡੀਗੜ੍ਹ ਵੀ ਰਹਿ ਚੁੱਕੀ ਹੈ ਪਰ ਹੁਣ ਮੋਹਾਲੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ। ਰਿਪੋਰਟ ਵੇਖੋ। ਮਿਸਿਸ ਚੰਡੀਗੜ੍ਹ ਰਹਿ ਚੁੱਕੀ ਮਹਿਲਾ ਮੋਹਾਲੀ ਪੁਲਿਸ ਨੇ ਕਰ ਲਈ ਗ੍ਰਿਫਤਾਰ। ਸੋਨੇ ਦੇ ਬਿਸਕਿਟ, ਲੱਖਾਂ ਦੀ ਨਕਦੀ ਨਾਲ ਬਰਾਮਦ ਹੋਈ ਲਗਜ਼ਰੀ ਕਾਰ। ਪਤੀ ਅਤੇ ਪੁੱਤ ਦੇ ਨਾਲ ਮਿਲ ਕੇ ਵਿਦੇਸ਼ ਭੇਜਣ ਦੇ ਚਾਵਾਨਾਂ ਨੂੰ ਬਣਾਉਂਦੀ ਸੀ ਸ਼ਿਕਾਰ। ਇਹ ਖੂਬਸੂਰਤ ਹਸੀਨਾ ਜਿਸ ਦੇ ਸਿਰ ਤੇ ਕਦੇ ਮਿਸਿਸ ਚੰਡੀਗੜ੍ਹ ਦਾ ਸੱਜਿਆ ਸੀ ਤਾਜ, ਉਹੀ ਨਿਕਲੀ ਵੱਡੀ ਜਾਲਸਾਜ਼। ਜੀ ਹਾਂ, ਮੋਹਾਲੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ਤੇ ਲੋਕਾਂ ਦੇ ਨਾਲ ਕਰੋੜਾਂ ਦੀ ਠੱਗੀ ਮਾਰਨ ਦੇ ਮਾਮਲੇ 'ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਮਾਮਲੇ 'ਚ ਪੁਲਿਸ ਦੇ ਵੱਲੋਂ ਮਿਸਿਸ ਚੰਡੀਗੜ੍ਹ ਰਹਿ ਚੁੱਕੀ ਅਪਰਨਾ ਸਗੋਤਰਾ ਅਤੇ ਉਸਦੇ ਪੁੱਤਰ ਕੁਨਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੇ ਕੋਲੋਂ ਕਰੀਬ ਅੱਧਾ ਕਿਲੋ ਸੋਨੇ ਦੇ ਬਿਸਕਿਟ, 7 ਲੱਖ ਦੀ ਨਕਦੀ ਅਤੇ ਇੱਕ ਲਗਜ਼ਰੀ ਕਾਰ ਬਰਾਮਦ ਕੀਤੀ ਗਈ ਹੈ। ਦੱਸ ਦਈਏ ਕਿ ਇਸ ਮਾਮਲੇ 'ਚ ਮਹਿਲਾ ਦੇ ਪਤੀ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਸਾਡੇ ਕੋਲ ਸੰਜੇ ਸਿੰਘ ਅਤੇ ਅਰਪਨਾ ਸੰਗੋਤਰਾ ਉਰਫ ਅਪਰਨਾ, ਇਹਨਾਂ ਦੇ 25 ਤੋਂ ਵੱਧ ਮੁਕੱਦਮੇ ਦਰਜ ਸੀਗੇ ਅਤੇ ਕਾਫ਼ੀ ਚਿਰ ਤੋਂ ਇਹ ਭਗੌੜੇ ਸੀਗੇ ਜਦੋਂ ਦੇ ਪਰਚਾ ਦਰਜ ਹੋਇਆ ਸੀਗਾ ਸੁਹਾਣੇ ਥਾਣੇ ਦੇ ਵਿੱਚ, ਅਤੇ 11 ਫੇਸ ਦੇ ਵਿੱਚ ਵੀ ਇੱਕ 16 ਨੰਬਰ ਮੁਕੱਦਮਾ 22/2024 ਦਾ, ਜਿਹਦੇ ਵਿੱਚ ਇਹਨਾਂ ਨੇ ਇਮੀਗ੍ਰੇਸ਼ਨ ਫਰੋਡ ਕੀਤਾ ਸੀਗਾ ਅਤੇ ਉਹਨਾਂ ਦੀ ਅਰੈਸਟ ਪਾਈ ਸੀਗੀ ਨਾਲ ਉਹਦੇ ਬੇਟੇ ਦੀ ਵੀ। ਪੁਲਿਸ ਮੁਤਾਬਕ ਅਪਰਨਾ ਸਗੋਤਰਾ ਆਪਣੇ ਪਤੀ ਅਤੇ ਪੁੱਤ ਦੇ ਨਾਲ ਮਿਲ ਕੇ ਠੱਗੀਆਂ ਮਾਰਨ ਦਾ ਗਿਰੋਹ ਚਲਾ ਰਹੀ ਸੀ ਅਤੇ ਇਹਨਾਂ ਦੇ ਖਿਲਾਫ਼ 25 ਦੇ ਕਰੀਬ ਮਾਮਲੇ ਪਹਿਲਾਂ ਹੀ ਦਰਜ ਨੇ। ਦੱਸਿਆ ਜਾ ਰਿਹਾ ਕਿ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਹੁਣ ਤੱਕ ਇਹ ਲੋਕ ਕਰੋੜਾਂ ਦੀ ਠੱਗੀ ਮਾਰ ਚੁੱਕੇ ਨੇ। ਮਿਲੀ ਜਾਣਕਾਰੀ ਮੁਤਾਬਕ ਸਾਬਕਾ ਮਿਸਿਸ ਚੰਡੀਗੜ੍ਹ ਅਪਰਨਾ ਸਗੋਤਰਾ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਮੋਹਾਲੀ 'ਚ ਇੱਕ ਇਮੀਗ੍ਰੇਸ਼ਨ ਸੈਂਟਰ ਖੋਲ੍ਹਿਆ ਸੀ ਜਿੱਥੇ ਉਹ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਤੋਂ ਲੱਖਾਂ ਰੁਪਏ ਵਸੂਲਦੇ ਅਤੇ ਫਿਰ ਲੋਕਾਂ ਦੇ ਫੋਨ ਤੱਕ ਚੁੱਕਣੇ ਬੰਦ ਕਰ ਦਿੰਦੇ। ਇਹ ਬਰਾਮਦਗੀ ਹੋਈ ਹੈ, ਪਹਿਲਾਂ 500 ਗ੍ਰਾਮ ਸੀ ਅਤੇ ਰਿਮਾਂਡ ਸਾਡੇ ਕੋਲ 2 ਦਿਨ ਦੇ ਰਿਮਾਂਡ 'ਤੇ ਸੀ ਜਿਹਦੇ 'ਚ 200 ਗ੍ਰਾਮ ਸੋਨਾ ਹੋਰ ਰਿਕਵਰ ਹੋਇਆ। ਇਹ ਸਾਰੇ ਹੀ ਇਮੀਗ੍ਰੇਸ਼ਨ ਫਰੋਡ ਦੇ ਰਿਲੇਟਡ ਹੈ। 406/420 IPC ਦੇ ਮੁਕੱਦਮੇ ਦਰਜ ਸੀਗੇ, ਵੱਖ ਵੱਖ ਇਹਦੇ ਵਿੱਚ ਮਦਈ ਮੁਕੱਦਮੇ ਹੈ ਜਿਨ੍ਹਾਂ ਨਾਲ ਵੀ ਇਹਨਾਂ ਨੇ ਫਰੋਡ ਕੀਤਾ ਸੀ। ਪਹਿਲਾਂ ਇਹ ਜਿਹੜਾ ਇਮੀਗ੍ਰੇਸ਼ਨ ਦਾ ਸੈਂਟਰ 106 ਸੈਕਟਰ ਵਿੱਚ 45 ਨੰਬਰ ਕੋਠੀ 'ਚ ਚਲਾਉਂਦੇ ਸੀਗੇ ਮਾਰਚ। ਫਿਲਹਾਲ ਪੁਲਿਸ ਦੇ ਪਤਾ ਲਗਾਉਣ 'ਚ ਜੁਟੀ ਹੋਈ ਹੈ ਕਿ ਪਤੀ ਪਤਨੀ ਅਤੇ ਪੁੱਤ ਦਾ ਇਹ ਗੈਂਗ ਕਿਸ ਕਿਸ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ ਅਤੇ ਇਹਨਾਂ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਦੀ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਅਪਰਨਾ ਸਗੋਤਰਾ ਪੇਸ਼ੇ ਤੋਂ ਵਕੀਲ ਹੈ ਅਤੇ ਉਸਨੇ ਸਾਲ 2019 'ਚ ਮਿਸਿਸ ਚੰਡੀਗੜ੍ਹ ਦਾ ਖਿਤਾਬ ਜਿੱਤਿਆ ਸੀ ਅਤੇ ਪੀੜਤਾਂ ਤੋਂ ਪੈਸੇ ਠੱਗਣ ਤੋਂ ਬਾਅਦ ਉਲਟਾ ਉਹਨਾਂ ਨੂੰ ਹੀ ਝੂਠੇ ਕੇਸਾਂ 'ਚ ਫਸਾਉਣ ਦੀਆਂ ਧਮਕੀਆਂ ਦਿੰਦੇ ਸਨ, ਪਰ ਹੁਣ ਇਹ ਚਿੱਕੜੀ ਪੁਲਿਸ ਦੇ ਹੱਥੇ ਚੜ ਚੁੱਕੀ ਹੈ। ਮੋਹਾਲੀ ਤੋਂ ਦਲਜੀਤ ਸਿੰਘ ਦੀ ਰਿਪੋਰਟ, PTC ਨਿਊਜ਼।